ਕੋਸ਼ਿਸ਼ ਕਰਦਾ ਨਾ ਕਰਨ ਦੀ, ਵੱਡਾ ਤਜਰਬਾ ਹੈ ਚੜ੍ਹਦੀ ਦੀ ਵਿਰੇਸ਼ਤਾ ਖਿਲਾਰੀ, ਹੁਣ ਦੇਖ ਰਿਹਾ ਵੀ ਪਾਲਾ ਫੜਦਾ ਗੁੱਟ ਬੱਲੇ ਬੱਲੇ ਹੋ ਗਈ, ਵੱਜ ਗਈ ਕੈਂਚੀ ਹੰਦੇ ਦੂਰ ਖਰਾਬੀ ਦਾ ਨਾਰਾ, ਕਬੱਡੀ ਕਬੱਡੀ ਹੋਈ ਪਈ ਮੈਦਾਨ ਦੇ ਵਿੱਚ। ਲਓ ਦੋਸਤੋ, ਆਪਣਾ ਜਿਹੜਾ ਤੁਸੀਂ ਬੈਸਟ ਮੈਚ ਦੇਖਣਾ ਸ਼ੁਰੂ ਕਰ ਚੁੱਕੇ ਹੋ, ਇਹ ਥੋੜ੍ਹਾ ਪੁਰਾਣਾ ਮੈਚ ਹੈ, ਮਤਲਬ ਅੱਜ ਸੰਡੇ ਹੈ ਔਰ ਸੰਡੇ ਵਾਲੇ ਦਿਨ ਤੁਸੀਂ ਰੋਜ਼ ਪੁਰਾਣੇ ਮੈਚ ਦੇਖਿਆ ਕਰੋਗੇ। ਆਹ ਵਾਲਾ ਜਿਹੜਾ ਮੈਚ ਹੈ 2012 ਦੇ ਰਾਮਪੁਰਾ ਫੂਲ ਦਾ ਟੂਰਨਾਮੈਂਟ ਹੈ, ਜਿਹੜਾ ਕਿ 21 ਦਸੰਬਰ ਨੂੰ ਕਰਵਾਇਆ ਗਿਆ। ਤੁਹਾਨੂੰ ਦੱਸੀਏ, ਇੱਕ ਪਾਸੇ ਆਲੂ ਅਲਟੇਰੀਆਂ ਦੀ ਟੀਮ ਸੀ ਔਰ ਦੂਸਰੇ ਪਾਸੇ ਕਾਲੇ ਸੰਘਿਆਂ ਦੀ ਟੀਮ ਸੀ। ਦੋਨੋਂ ਟੀਮਾਂ ਦੇ ਵਿੱਚ ਕਿਹੜੇ ਕਿਹੜੇ ਖਿਡਾਰੀ ਖੇਡ ਰਹੇ ਨੇ ਔਰ ਕਿਹੜੇ ਕਿਹੜੇ ਖਿਡਾਰੀ ਤੁਹਾਡੇ ਪਸੰਦੀਦਾ ਨੇ, ਉਹ ਤੁਸੀਂ ਕਮੈਂਟ ਬਾਕਸ ਜ਼ਰੂਰ ਲਿਖਣਾ ਹੈਗਾ। ਇੰਜੋਏ ਕਰੋ ਇਸ ਮੈਚ ਨੂੰ। ਡਿੰਪੀ ਮੁੰਡੀ ਦੇ ਗਗਨ ਸਿੱਧੂ ਹੋਣਾ ਵੱਲੋਂ ਪਾਲਾ ਤੇ ਸੁੱਖਾ ਪੰਡਾਲ ਪਹਿਲੇ ਵਿਸ਼ੇ ਦੇ ਵੀ 500 ਵੀ ਤਾਂ ਜਾਵੇਗਾ, ਜਦੋਂ ਪਹਿਲੇ ਵਿਸ਼ੇ ਲੱਗਣਗੇ ਵੀ 500। ਲਓ ਪਹਿਲੀ ਕਬੱਡੀ, ਜਿਵੇਂ ਗਾਜੀਪੁਰੀ ਲੱਖੇ ਲਈ ਤਾੜੀਆਂ ਵੱਜਦੀਆਂ ਉਸੇ ਤਰ੍ਹਾਂ ਤਾੜੀਆਂ ਮਾਰ ਦੇ ਇੱਕ ਵਾਰੀ। ਲਓ ਪਹਿਲੀ ਕਬੱਡੀ ਪਾਉਣ ਦੇ ਲਈ ਲਵਪ੍ਰੀਤ ਗੁਰਲਾਲ, ਇਸ ਸਮੇਂ ਜਲਾਲਪੁਰੀਆ ਮੈਦਾਨ ਦੇ ਵਿੱਚ। ਲਓ ਪਹਿਲਾ ਸੈਮੀਫਾਈਨਲ ਮੈਚ, ਪਹਿਲੀ ਕਬੱਡੀ ਮੈਦਾਨ ਦੇ ਵਿੱਚ ਗੁਰਲਾਲ ਦੀ, ਔਰ ਪਹਿਲੀ ਕਬੱਡੀ ਦੇ ਉੱਪਰ ਸੁਰਖਾ ਪੰਡਾਲ ਕੋਸ਼ਿਸ਼ ਕਰਦਾ ਹੋਇਆ, ਪਰ ਵੀਰ ਜੀ ਬੈਠ ਜਾਓ ਜਿਹੜੇ ਪਾਸੇ, ਜਿਹੜੇ ਵੀਰ ਖੜੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਉਹ ਬੈਠ ਜਾਣ ਮਿਹਰਬਾਨੀ ਕਰਕੇ। ਲਵਪ੍ਰੀਤ ਗੁਰਲਾਲ ਦੇ ਲਈ ਸਾਈ ਵਿੱਕੀ ਸ਼ਾਹ ਜੀ ਉਹਨਾਂ ਵੱਲੋਂ 500 ਰੁਪਏ ਦਾ ਆਸ਼ੀਰਵਾਦ। ਫੜ ਵੀ ਨੌਜਵਾਨ ਜਿਹੜੇ ਪਾਸੇ ਨਾਲ ਦੀ ਨਾਲ ਮਾਇਆ ਦੇ ਕਸੇ, ਲਓ ਤਾਜਾ ਕਾਲਾ ਸਿੰਘ ਵਾਲਾ ਰੋਡ ਪਾਉਂਦਾ ਹੋਇਆ ਤੇ ਹਲਕੇ ਜਿਹੇ ਟੱਚ ਤੋਂ ਬਾਅਦ ਇੱਕ ਹੋਰ ਨੰਬਰ ਆਪਣੀ ਟੀਮ ਦੇ ਵਾਸਤੇ ਜੋੜਦਾ ਹੋਇਆ ਇਹ ਨੌਜਵਾਨ ਮਿਲਿਆ। ਫੜ ਵੀ ਨੌਜਵਾਨ ਮਾਇਆ ਦੇ ਕਸੇ ਗੁਰਲਾਲ ਦੇ ਵਾਸਤੇ। ਲਓ ਰਵੀ ਆਲੋ ਢੇਰੀਆਂ ਵਾਲਾ, ਪਰ ਉਹ ਜਿੱਥੇ ਨੌਜਵਾਨ ਸੋਹਣੇ ਹਿੱਕਾਂ ਚੌੜੀਆਂ ਪਿੰਡ ਵਿੱਚ ਆਣ ਬਣ ਗਿਆ, ਰੇਡ ਬਾਅਦ ਹਰੋਰੀ ਤੋਂ ਸ਼ੁਰੂ ਹੋ ਗਈ, ਜਾਸੀ ਤੂਤ ਦੇ ਮੋਛੇ ਵਾਂਗ ਆ ਵੜ ਗਿਆ। ਲਓ ਮੈਦਾਨ ਦੇ ਵਿੱਚ ਕੁਦਾ ਕੋਸ਼ਿਸ਼ ਕਰਦਾ ਡੱਕਣ ਦੀ, ਪਰ ਪੁਆਇੰਟ ਰਵੀ ਆਲੋ ਢੇਰੀਆਂ ਵਾਲਾ, ਰਵੀ ਨਕੋਦਰੀਆ ਆਪਣੀ ਟੀਮ ਦੇ ਵਾਸਤੇ ਨੰਬਰ ਦਾ ਵਾਅਦਾ ਕਰਦਾ ਹੋਇਆ। ਲਓ ਅਗਲੀ ਰੇਡ ਪਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਆ ਦੇਖਦਾ ਵੀ ਨੌਜਵਾਨ ਹਲਕੇ ਹਲਕੇ ਕਦਮਾਂ ਦੇ ਨਾਲ ਅੱਗੇ ਵੱਧਦਾ ਹੋਇਆ ਸੰਦੀਪ ਮਹਿਮਦ ਵਾਲੀਆ, ਹੌਸਲੇ ਦੇ ਨਾਲ ਪੁੱਤਾ ਖੇਡ ਤੂੰ ਕਬੱਡੀ, ਤੇਰੇ ਲਈ ਸਾਡੇ ਬੁੱਲਾਂ ਦੇ ਦਬਾਵਾਂ ਬਹੁਤ ਨੇ, ਹਾਰ ਦੀਆਂ ਧੁੱਪਾਂ ਜੇ ਤੂੰ ਪਿੰਡੇ ਤੇ ਹੰਡਾਏਗਾ, ਹੱਥੀ ਕਰਨੀਆਂ ਦੁਨੀਆਂ ਨੇ ਛਾਵਾਂ ਬਹੁਤ ਨੇ, ਹਰ ਮੈਦਾਨ ਵਿੱਚ ਪੈਣਾ ਤੇਰੇ ਮੁਰਗੇ ਦਾ ਮੁੱਲ, ਪੰਜਾਬੀਆਂ ਦੇ ਦਿਲਾਂ ਵਿੱਚ ਥਾਵਾਂ ਬਹੁਤ ਨੇ, ਚਿੱਤ ਲਾ ਕੇ ਮਛੋਆਣੀਆਂ ਦੇ ਖੇਡਦਾ ਕਬੱਡੀ, ਕਾਮਯਾਬੀ ਦੀਆਂ ਉਹਦੇ ਅੱਗੇ ਰਾਵਾਂ ਬਹੁਤ ਨੇ। ਰੇਡਰ ਜਾਫੀ ਲਈ 200 ਰੁਪਇਆ, ਸਾਈ ਵਿੱਕੀ ਸ਼ਾਹ ਜੀ ਉਹਨਾਂ ਨੂੰ ਸੰਦੀਪ ਫੜ ਵੀ ਤੇਰੇ ਪਾਸੇ 200 ਰੁਪਏ ਦਾ ਮਾਨ ਸਨਮਾਨ ਰੇਡਰ ਦੇ ਲਈ ਤੇ 200 ਰੁਪਏ ਦਾ ਮਾਨ ਸਨਮਾਨ ਜਾਫੀ ਰਵੀ ਆਲੂ ਵਾਲੀਆਂ ਦੇ ਲਈ। ਲਓ ਸੁੱਖਾ ਕੋਸ਼ਿਸ਼ ਕਰਦਾ ਹੋਇਆ ਜਿਹੜਾ ਵੀ ਜਾਫੀ ਦੱਸਾ ਲਾਊ ਸਾਈ ਵਿੱਕੀ ਜੀ ਉਹਨਾਂ ਦੇ ਨਾਮ ਦੇ ਉੱਪਰ, ਰਿੱਕੀ ਸਿੱਧੂ ਜੀ ਉਹਨਾਂ ਵੱਲੋਂ 1100 ਲਓ ਬੱਲੇ ਬੱਲੇ ਸੁੱਖਾ ਪੜਾਲ ਕੋਸ਼ਿਸ਼ ਕਰਦਾ ਹੋਇਆ ਕਬੱਡੀ 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 ਲਓ ਮਾਰ ਦੇ ਤਾੜੀਆਂ ਵਰਸ਼ ਵੀਰੇ ਪਾ ਸੁੱਖਾ ਪੰਡਾਲ 1100 ਰਿੱਕੀ ਸਿੱਧੂ ਸਾਈ ਵਿੱਕੀ ਜੀ ਦੇ ਉਹਨਾਂ ਦੇ ਨਾਮ ਦੇ ਉੱਪਰ ਜੋ ਹੈ 1100 ਰੁਪਏ ਦਾ ਆਸ਼ੀਰਵਾਦ ਸੁੱਖੇ ਪੰਡਾਲ ਦੇ ਲਈ। ਡਿੰਪੀ ਮੁੰਡੀ ਤੇ ਗਗਨ ਸਿੱਧੂ ਵੱਲੋਂ 500 ਰੁਪਈਏ ਦਾ ਮਾਨ ਸਨਮਾਨ ਸੁੱਖੇ ਪੰਡਾਲ ਲਈ, ਦੋਵਾਂ ਦੇ ਲਈ ਸਾਈ ਵਿੱਕੀ ਜੀ ਉਹਨਾਂ ਵੱਲੋਂ 500 ਰੁਪਏ ਦਾ ਆਸ਼ੀਰਵਾਦ, ਦੋਵਾਂ ਖਿਡਾਰੀਆਂ ਦੇ ਲਈ ਸਾਈ ਵਿੱਕੀ ਜੀ ਨਕੋਦਰ ਵਾਲੇ ਦੋਵੇਂ ਖਿਡਾਰੀਆਂ ਨੂੰ 500 ਰੁਪਏ ਦਾ ਮਾਨ ਸਨਮਾਨ ਭੇਜਦੇ ਹੋ। ਸਾਈ ਵਿੱਕੀ ਜੀ ਉਹਨਾਂ ਦੇ ਨਾਮ ਦੇ ਉੱਪਰ 1100 ਸੁੱਖੇ ਪੜਾਲ ਨੂੰ ਮਾਨ ਸਨਮਾਨ ਰਿੱਕੀ ਸਿੱਧੂ ਜੀ ਉਹਨਾਂ ਵੱਲੋਂ ਸਾਈ ਵਾਲੀ ਦੇ ਨਾਮ ਦੇ ਉੱਪਰ ਦਿੱਤਾ ਗਿਆ। ਲਓ ਅਗਲੀ ਕਬੱਡੀ ਨਾਲ ਜੁੜੀ ਰਵੀ ਆਲੂ ਵਾਲੀਆ, ਔਰ ਦੂਸਰੇ ਪਾਸੇ ਉੱਡਣਾ ਉੱਡਣਾ ਬਹੁਤ ਵਧੀਆ ਕੋਸ਼ਿਸ਼ ਕਰਦਾ ਹੋਇਆ। ਜੀਤ ਸਿੰਘ ਚਾਹ ਹੁਣ ਜੱਫਾ ਲਓ 500
ਜਿਹੜਾ ਜਾਫੀ ਹੁਣ ਜਫਾ ਲਾਵੇਗਾ ਸਾਈ ਵਿੱਕੀ ਜੀ ਉਹਨਾਂ ਵੱਲੋਂ 500 ਦਾ ਆਸ਼ੀਰਵਾਦ ਦਿੱਤਾ ਜਾਵੇਗਾ ਉਹਨੂੰ 200-200 ਰੁਪਇਆ ਦੋਵਾਂ ਵਾਸਤੇ ਸਾਈ ਵਿੱਕੀ ਜੀ ਉਹਨਾਂ ਵੱਲੋਂ ਵੱਡਾ ਆਸ਼ੀਰਵਾਦ ਲਓ ਜੇ ਪਹਿਲਾ ਜਫਾ ਲਾਓ ਤਾਂ 500 ਰੁਪਏ ਦਾ ਮਾਨ ਸਨਮਾਨ ਜੋ ਹੈ ਦਿੱਤਾ ਜਾਵੇਗਾ ਜੀਤ ਚਾਹ ਜੀ ਉਹਨਾਂ ਵੱਲੋਂ ਜੇ ਪਹਿਲਾ ਜਫਾ ਲਾਓ ਤਾਂ 500 ਲਓ ਪਹਿਲਾ ਜਲਾਲਪੁਰੀ ਹੈ ਫੜਿਆ ਗੁੱਟ ਵੱਜ ਗਈ ਕੈਂਚੀ ਤੇ ਹੰਦੇ ਦੂਰ ਹੁੰਦੇ ਜਾ ਰਹੇ ਨੇ ਸਾਈ ਜੀ ਉਹਨਾਂ ਦੇ ਨਾਮ ਦੇ ਉੱਪਰ 500 ਦਾ ਆਸ਼ੀਰਵਾਦ ਜਲਾਲਪੁਰੀ ਪਾਲੋ ਦੇ ਲਈ ਫੜ ਵੀ ਨੌਜਵਾਨਾਂ ਇਹ ਮਾਂ ਬਲਸੇ ਨੇ ਖਿਡਾਰੀਆਂ ਦੇ ਲਈ ਡਿੰਪੀ ਮੁੰਡੀਆਂ ਤੇ ਗਗਨ ਸਿੱਧੂ ਪਵਨ ਸਿੱਧੂ ਉਹਨਾਂ ਵੱਲੋਂ 500 ਰੁਪਇਆ ਮਿੰਟੂ ਪ੍ਰਧਾਨ ਜੀ ਉਹਨਾਂ ਵੱਲੋਂ 200 ਰੁਪਇਆ ਬਲਵੀਰ ਪਾਲੇ ਦੇ ਵਾਸਤੇ 200 ਰੁਪਏ ਦਾ ਮਾਨ ਸਨਮਾਨ 1000 ਰੁਪਇਆ ਜਲਾਲਪੁਰੀ ਪਾਲੇ ਦੇ ਲਈ ਸਾਈ ਵਿੱਕੀ ਜੀ ਉਹਨਾਂ ਵੱਲੋਂ ਆਸ਼ੀਰਵਾਦ 1000 ਰੁਪਇਆ ਲਓ ਇਧਰ ਪਾਸੇ ਦੇਖਣਾ ਵੀ ਪੁਆਇੰਟ ਰੇਡੋ ਦੇ ਹਿੱਸੇ ਦੇ ਨੰਬਰ ਜੁੜਦਾ ਹੋਇਆ ਲਵਪ੍ਰੀਤ ਗੁਰਲਾਲ ਇਸ ਸਮੇਂ ਪਾਉਣ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਵਾਸਤੇ ਬਾਈ ਜੀ ਬੇਨਤੀ ਹੈ ਵੀ ਠੀਕਰੀ ਵਾਲੇ ਗੋਲੂ ਵਰਗੇ ਉਹਨਾਂ ਦਾ ਫਾਈਨਲ ਮੈਚ ਆ ਆਪਦੀਆਂ ਟੀਮਾਂ ਕੋਲੇ ਜਾਣ ਫਾਈਨਲ ਮੈਚ ਵਾਲੇ ਪਲੇਅਰ ਇਸ ਤੋਂ ਬਾਅਦ ਇੱਕ ਸੈਮੀਫਾਈਨਲ ਫਿਰ 3 ਫਾਈਨਲ ਹੋਣਗੇ ਮਾਨਾ ਰੂਮੀ ਦੀ ਵਾਈਸ ਪ੍ਰਧਾਨ ਜੰਗ ਕਬੱਡੀ ਕਲੱਬ ਕੈਨੇਡਾ ਦੇ ਵੈਨਕੂਵਰ ਤੋਂ 500 ਰੁਪਇਆ ਸੁੱਖੇ ਪੰਜਾਬ ਦੇ ਵਾਸਤੇ ਮਾਨ ਸਨਮਾਨ ਭੇਜਦੇ ਹੋ ਮਾਨਾ ਰੂਮੀ ਵਾਈਸ ਪ੍ਰਧਾਨ ਜੰਗ ਕਬੱਡੀ ਕਲੱਬ ਬ੍ਰਿਟਿਸ਼ ਕੋਲੰਬੀਆ ਕੈਨੇਡਾ ਆ ਸਪਰੇ ਵੀ ਗਰਾਊਂਡ ਦੇ ਵਿੱਚ ਪੁੱਜਦੀ ਕਰ ਦਿਓ ਮਿਹਰਬਾਨੀ ਕਰਕੇ ਰਵੀ ਆਲੂ ਵਾਲੀ ਅਗਲੀ ਕਬੱਡੀ ਪਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਵੱਧਦਾ ਹੋਇਆ ਕਬੱਡੀ ਦਾ ਖਿਡਾਰੀ ਦੇਖ ਲਓ ਵੀ ਦੂਸਰੇ ਪਾਸੇ ਕੌਣ ਜਫਾ ਲਾਵੇਗਾ ਪੜਾਲ ਦੋਨੇ ਵਾਲਾ ਸੁੱਖਾ ਕਾਲਾ ਸਿੰਘ ਵਾਲਾ ਕੁੱਤਾ ਜਾਂ ਮੱਲ ਲਓ ਪੜਾਲ ਦੋਨੇ ਵਾਲਾ ਕੋਸ਼ਿਸ਼ ਕਰਦਾ ਡੱਕਣ ਦੀ ਰੱਖ ਲਾ ਧੌਣ ਦੇ ਹੱਥ ਤੇ ਪੁਆਇੰਟ ਆਲੂ ਵਾਲੀ ਢੇਰੀਆਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਬਲਦੇਵ ਸਿੰਘ ਸਿੱਧੂ ਜੀ ਬਲਦੇਵ ਸਿੰਘ ਜੀ ਸਿੱਧੂ ਸਾਹਿਬ ਉਹਨਾਂ ਦਾ ਮੈਂ ਧੰਨਵਾਦ ਕਰਦਾ ਆਪਣੇ ਵੱਲੋਂ ਤੇ ਨਾਲ ਲਖਵੀਰ ਸਿੰਘ ਜੀ ਚਹਿਲ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਬਹੁਤ ਵੱਡਾ ਮਾਨ ਸਨਮਾਨ ਭੇਜਦੇ ਪੰਜਾਬੀ ਮਾਂ ਬੋਲੀ ਦੀ ਸੇਵਾ ਤੋਂ ਰਵੀ ਆਲੋਲੀ 500 ਰੁਪਏ ਦਾ ਮਾਨ ਸਨਮਾਨ ਆਸ਼ੀਰਵਾਦ ਸਾਈਆਂ ਵੱਲੋਂ ਰਿਹਾ ਆਲੋ ਢੇਰੀਆਂ ਦੇ ਰਵੀ ਦੇ ਵਾਸਤੇ 500 ਰੁਪਏ ਦਾ ਲਓ ਇਧਰ ਪਾਸੇ ਤਾਜ਼ਾ ਇੱਕ ਹੋਰ ਨੰਬਰ ਦਾ ਵਾਅਦਾ ਕਰਦਾ ਹੋਇਆ ਲਵਪ੍ਰੀਤ ਗੁਰਲਾਲ ਅਗਲੀ ਕਬੱਡੀ ਮੈਦਾਨ ਦੇ ਵਿੱਚ ਇਸ ਖਿਡਾਰੀ ਦੀ ਪਈ ਹੋਈ ਚਾਰ ਖਿਡਾਰੀ ਤਿਆਰ ਨੇ ਤੇਰੇ ਪਾਸੇ ਲਓ ਕਬੱਡੀ ਪਾਉਣ ਦੇ ਵਾਸਤੇ ਆ ਨੌਜਵਾਨ ਅੱਗੇ ਵੱਧਦਾ ਹੋਇਆ ਲਵਪ੍ਰੀਤ ਗੁਰਲਾਲ ਜਲਾਲਪੁਰੀਆ ਮੈਦਾਨ ਦੇ ਵਿੱਚ ਵੱਧਦਾ ਹੋਇਆ ਕਬੱਡੀ ਦਾ ਖਿਡਾਰੀ ਤਾਜ਼ੇ ਲਈ 200 ਰੁਪਏ ਦਾ ਆਸ਼ੀਰਵਾਦ ਸਾਈ ਵਿੱਕੀ ਸ਼ਾਹ ਜੀ ਨਕੋਦਰ ਵਾਲਿਆਂ ਵੱਲੋਂ ਰਿਹਾ ਕਾਲਾ ਸਿੰਘ ਨੂੰ ਤਾਜ਼ੇ ਲਈ 200 ਰੁਪਏ ਦਾ ਵੱਡਾ ਆਸ਼ੀਰਵਾਦ ਲਓ ਇੱਕ ਪਾਸੇ ਗੁਰਲਾਲ ਔਰ ਦੂਸਰੇ ਪਾਸੇ ਕੋਟਾ ਕਾਲਾ ਸਿੰਘ ਵਾਲਾ ਲਓ ਰੱਖ ਲੱਤਾ ਉਹਦੇ ਹੱਥ ਗੁੱਟ ਫੜਿਆ ਵੱਜਦੀ ਕੈਂਚੀ ਦੇ ਪੁਆਇੰਟ ਕਾਲਾ ਸਿੰਘ ਵਾਲਾ ਕੋਟਾ ਹੱਸਦਾ ਨੱਚਦਾ ਇੱਕ ਹੋਰ ਨੰਬਰ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਸੰਦੀਪ ਮਹਿਮਦ ਵਾਲੀਆ ਇੱਕ ਰੇਡਰ ਸੰਦੀਪ ਵੇਖਿਆ ਮੈਂ ਚੜ੍ਹਦੇ ਦਿਨ ਦੇ ਪਹਿਲੇ ਦੇ ਪੈਰ ਵਰਗਾ ਲਓ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵੱਧਦਾ ਹੋਇਆ ਆ ਨੌਜਵਾਨ ਸੰਦੀਪ ਤੇ ਜਲਾਲਪੁਰ ਦੀਆਂ ਬਲਵੀਰ ਸਿੰਘ ਬਾਲਾ ਕੋਸ਼ਿਸ਼ ਕਰਦਾ ਹੋਇਆ ਸਾਈਆਂ ਵੱਲੋਂ 200-200 ਰੁਪਏ ਦਾ ਆਸ਼ੀਰਵਾਦ ਦੋਵੇਂ ਖਿਡਾਰੀਆਂ ਨੇ ਸੰਦੀਪ ਫੜ ਵੀ ਮੇਰੇ ਪਾਸੇ ਮਾਂ ਦੇ ਵਸੇ ਨੇ ਖਿਡਾਰੀਆਂ ਦੇ ਲਈ ਸੁੱਖੇ ਦੇ ਵਾਸਤੇ ਇਹਦੇ ਗੁਰਲਾਲ ਦੇ ਵਾਸਤੇ 200 ਰੁਪਏ ਦਾ ਮਾਨ ਸਨਮਾਨ ਸਾਈ ਵਿੱਕੀ ਜੀ ਉਹਨਾਂ ਵੱਲੋਂ ਬਹੁਤ ਵੱਡਾ ਆਸ਼ੀਰਵਾਦ ਦਿੱਤਾ ਜਾ ਰਿਹਾ ਲਓ ਅੱਗੇ ਵੱਧ ਕੇ ਦੇਖਦੇ ਵੀ ਦੂਸਰੇ ਪਾਸੇ ਕੋਟਾ ਕਾਲਾ ਸੰਘੇ ਵਾਲਾ ਬਹੁਤ ਵਧੀਆ ਕੋਸ਼ਿਸ਼ ਕਰਦਾ ਹੋਇਆ ਨਕਰਨ ਦੀ ਲਓ ਪੈਂਦਾ ਹੋਇਆ ਲੱਕ ਨੂੰ ਲਪੋਟਾ ਬੱਲੇ ਬੱਲੇ ਹੁੰਦੀ ਹੋਈ ਲਓ ਇੱਕ ਦੌਰ ਦੇ ਲੱਗਦਾ ਦੇਖਾ ਆ ਨੰਬਰ ਕਹਿੰਦੇ ਤਾੜੀਆਂ ਵਾਲਾ ਹੋ ਹਰ ਨੰਬਰ ਲਈ ਤਾੜੀਆਂ ਮੁਸ਼ਕਲ ਨੇ ਮਾਰ ਦਿਓ ਤਾੜੀਆਂ ਜ਼ੋਰਦਾਰ ਲਓ ਜ਼ੋਰਦਾਰ ਤਾੜੀਆਂ ਵੱਜਦੀਆਂ ਹੋਈਆਂ ਕੋਟਾ ਕਾਲਾ ਸੰਘੇ ਵਾਲਾ
ਦੋਨੇ ਖਿਡਾਰੀਆਂ ਲਈ 200-200 ਰੁਪਏ ਦਾ ਆਸ਼ੀਰਵਾਦ ਸਾਈਂ ਵਿੱਕੀ ਜੀ ਉਹਨਾਂ ਵੱਲੋਂ, ਮਿੰਟੂ ਪ੍ਰਧਾਨ ਜੀ ਉਹਨਾਂ ਵੱਲੋਂ ਵੀ 100 ਰੁਪਏ ਦਾ ਮਾਨ ਸਨਮਾਨ। ਗੁਰਮੀਤ ਸਿੰਘ ਖੋਸਾ ਜੀ ਸੇਲਵਰਾ ਵਾਲੇ ਰਿੱਕੀ ਸਿੱਧੂ ਉਹਨਾਂ ਨੂੰ ਵਧਾਈਆਂ ਭੇਜ ਰਹੇ ਨੇ ਸਫਲਤਾਪੂਰਵਕ ਹੋ ਰਹੇ ਕਬੱਡੀ ਕੱਪ ਦੇ ਵਾਸਤੇ। ਗੁਰਮੀਤ ਸਿੰਘ ਜੀ ਸਾਡੇ ਵੀਰ ਸੇਲਵਰਾ ਵਾਲੇ ਜੋ ਹੈ ਉਹ ਵਧਾਈ ਪੇਸ਼ ਕਰ ਰਹੇ ਨੇ। ਲਓ ਉਹਦੇ ਪਾਸੇ ਫਿਰ ਕਬੱਡੀ ਦਾ ਨਵਾਰਾ ਲਓ, ਜਲਾਲਪੁਰੀਆ ਕੋਸ਼ਿਸ਼ ਕਰਦਾ ਨਾ ਕਰਨ ਦੀ, ਵੱਡਾ ਤਜਰਬਾ ਹੈ ਚੜ੍ਹਦੀ ਜੀ ਵਿਰੇਸ਼ਤਾ ਖਿਡਾਰੀ। ਹੁਣ ਦੇਖ ਰਿਹਾ ਵੀ ਪਾਲਾ ਫੜਦਾ ਗੁੱਟ ਬੱਲੇ ਬੱਲੇ ਹੋ ਗਈ, ਵੱਜ ਗਈ ਕੈਂਚੀ ਹੰਦੇ ਦੂਰ ਦਾ ਸਰਬੀ ਦਾ ਨਾਰਾ। ਕਬੱਡੀ ਕਬੱਡੀ ਹੋਈ ਪਈ ਮੈਦਾਨ ਦੇ ਵਿੱਚ। ਲਓ ਨੇੜੀ ਸੇ ਬਾਲਾ ਤਾਰ ਪ੍ਰਧਾਨ ਵੱਲੋਂ ਸੁੱਖੇ ਭੰਡਾਲ ਲਈ 100 ਰੁਪਇਆ ਕਾਰੂ ਫੜ ਵੀ ਸੰਦੀਪ ਪਾਲੇ ਦੇ ਵਾਸਤੇ 200 ਰੁਪਏ ਦਾ ਮਾਨ ਸਨਮਾਨ। ਜੀਤ ਚਹਿਲ ਵੱਲੋਂ ਪਾਲੇ ਲਈ 200 ਰੁਪਇਆ ਫੜ ਵੀ ਨੌਜਵਾਨਾਂ ਨਾਲ ਦੀ ਨਾਲ। ਸਾਈ ਵਿੱਕੀ ਸ਼ਾਹ ਜੀ ਉਹਨਾਂ ਵੱਲੋਂ 500 ਰੁਪਇਆ, ਬਲਵੀਰ ਪਾਲੇ ਜਲਾਲਪੁਰੀ ਲਈ ਫੜ ਨੌਜਵਾਨ। ਹੈਲੋ ਸਮੂਹ ਸਾਰੀ ਸਪੋਰਟਸ ਕਲੱਬ ਰਿੱਕੀ ਸਿੱਧੂ ਜੀ ਇਹਨਾਂ ਦੇ ਸਾਰੇ ਸਾਥੀ ਤੇ ਸਾਰੀ ਗ੍ਰਾਮ ਪੰਚਾਇਤ ਰਾਮਪੁਰਾ ਇਸ ਸਫਲਤਾਪੂਰਵਕ ਹੋ ਰਹੇ ਕਬੱਡੀ ਕੱਪ ਦੇ ਵਾਸਤੇ ਵਧਾਈ ਦੀ ਪਾਤਰ ਹੈ। ਸਾਰੇ ਨੌਜਵਾਨਾਂ ਦਾ, ਸਾਰੀ ਆਰਗੇਨਾਈਜੇਸ਼ਨ ਦਾ, ਸਾਰੇ ਪ੍ਰਬੰਧਕਾਂ ਦਾ, ਰਿੱਕੀ ਸਿੱਧੂ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਲਓ ਪਾਲਾ ਕੋਸ਼ਿਸ਼ ਕਰਦਾ ਹੋਇਆ ਸੰਦੀਪ ਦੀ ਪਈ ਹੋਈ ਕਬੱਡੀ ਮੈਦਾਨ ਦੇ ਵਿੱਚ, ਪਾਲਾ ਜਲਾਲਪੁਰੀ ਆ, ਪਾਲਾ ਜਲਾਲਪੁਰੀ ਆ ਕੋਸ਼ਿਸ਼ ਕਰਦਾ ਹੋਇਆ ਮੈਦਾਨ ਦੇ ਵਿੱਚ। ਹਾਂ ਸਾਈ ਵਿੱਕੀ ਜੀ ਉਹਨਾਂ ਵੱਲੋਂ 500 ਰੁਪਇਆ ਸੁੱਖੇ ਭੰਡਾਲ ਦੇ ਲਈ, 500 ਰੁਪਇਆ ਰਵੀ ਅਲੋਲ ਡਿਵੀਜ਼ਨ ਦੇ ਲਈ। ਨੇਕ ਢਿੱਲੋਂ ਵੱਲੋਂ ਪਾਲੇ ਜਲਾਲਪੁਰੀ ਲਈ 100 ਰੁਪਇਆ, ਨੇਕ ਢਿੱਲੋਂ ਵੱਲੋਂ ਫੜ ਵੀ ਨੌਜਵਾਨਾਂ ਮਿਲਿਆ। ਆ ਯਾਰ ਉਧਰ ਪਾਸੇ ਸਾਈ ਵਿੱਕੀ ਜੀ ਉਹਨਾਂ ਵੱਲੋਂ 500 ਰੁਪਇਆ ਜਲਾਲਪੁਰੀ ਪਾਲੇ ਦੇ ਵਾਸਤੇ ਮਾਨ ਸਨਮਾਨ। ਲਓ ਬਲਵੀਰ ਦੀ ਪਈ ਹੋਈ ਕਬੱਡੀ ਦੇ ਉੱਪਰ ਗੋਡਾ ਕਾਲਾ ਸੰਗਿਆ ਵਾਲਾ, ਵਾਹ ਹਨੇਰੀ ਸਾਹ ਹੱਸਦਾ ਨੱਚਦਾ ਇਹ ਨੌਜਵਾਨ ਬਹੁਤ ਤਗੜਾ ਜਫਾ ਲਾ ਕੇ ਗੋਡਾ ਕਾਲਾ ਸੰਗਿਆ ਵਾਲਾ ਇੱਕ ਹੋਰ ਨੰਬਰ ਮੈਦਾਨ ਦੇ ਵਿੱਚ ਵਾਧਾ ਕਰਦਾ ਹੋਇਆ। ਸਾਈ ਵਿੱਕੀ ਜੀ ਉਹਨਾਂ ਵੱਲੋਂ ਹੋਰ ਆਸ਼ੀਰਵਾਦ ਕਾਲਾ ਸੰਗਿਆ ਦੇ ਗੋਡੇ ਦੇ ਵਾਸਤੇ, ਔਰ ਲਵਪ੍ਰੀਤ ਗੁਰਲਾਲ ਜਲਾਲਪੁਰੀ ਦੇ ਵਾਸਤੇ 200-200 ਰੁਪਇਆ ਹਰ ਵੀ ਇਧਰ ਪਾਸੇ। ਸੰਦੀਪ ਸਿੰਘ ਮਾਂ ਦੇ ਗੱਫੇ ਨਾਲ ਖਿਡਾਰੀਆਂ ਦੇ ਲਈ ਲਾਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਤਾਜ਼ਾ ਫਿਰ ਮੈਦਾਨ ਦੇ ਵਿੱਚ ਵੱਧਦਾ ਹੈ ਕਾਲਾ ਸੰਗਿਆ ਵਾਲਾ ਗੁਰਤਾਜ ਸਿੰਘ। ਵਾਹ ਲੈ ਵੀ ਤਾਜ਼ੇ ਨੇ ਕਹਿੰਦੇ ਮੇਲਾ ਲੁੱਟਣ ਵਾਲੀ ਗੱਲ ਮੈਦਾਨ ਦੇ ਵਿੱਚ ਕੀਤੀ ਹੋਈ। ਮੁੱਠੀ ਪਰ ਸਰੀਰ ਹੈ ਪਰ ਦਲੇਰੀ ਪੂਰੀ ਹੈ ਇਸ ਖਿਡਾਰੀ ਦੇ ਅੰਦਰ। ਪੰਜਾਬ ਦੇ ਵੱਡੇ ਵੱਡੇ ਖੇਡ ਮੈਦਾਨਾਂ ਦੇ ਵਿੱਚ ਪੂਰੀ ਜੀਦਾਰੀ ਨਾਲ ਖੇਡਣ ਵਾਲਾ ਖਿਡਾਰੀ ਉਮਰਾ ਨੰਗਲ ਦੇ ਕਬੱਡੀ ਕੱਪ ਦਾ ਬੈਸ ਖੇਡ ਰਿਹਾ ਤਾਜ਼ਾ ਕਾਲਾ ਸੰਗਿਆ ਵਾਲਾ। ਲਓ ਅਗਲੀ ਕਬੱਡੀ ਰਵੀ ਦੀ ਤੇ ਮੱਲ ਕੋਸ਼ਿਸ਼ ਕਰਦਾ ਹੋਇਆ ਬਹੁਤ ਵਧੀਆ ਵਿਖਾ ਲਾਉਣ ਦੀ ਬੱਲੇ ਬੱਲੇ ਪਾਂਡਾ ਪਾ ਦੇਖਦੇ ਨੇ ਇਸ ਸਮੇਂ ਜੁੜਦਾ ਹੋਇਆ ਰੇਡਰ ਦੇ ਹਿੱਸੇ ਆਲੋ ਢੇਰੀਆਂ ਦੀ ਟੀਮ ਦੇ ਹਿੱਸੇ ਨੰਬਰ ਜੁੜਦਾ ਹੋਇਆ ਰੁਪਿੰਦਰ ਜਲਾਲ ਜੀ ਸਾਥੀ ਕਮੈਂਟੇਟਰ ਸਾਡੇ ਵੀਰ ਅਗਲੀ ਗੱਲ ਜੋ ਹੈ ਨਾਲ ਦੀ ਨਾਲ ਇਸ ਮੈਦਾਨ ਦੀ ਇਹਨਾਂ ਖਿਡਾਰੀਆਂ ਦੀ ਕਰਨਗੇ। ਲਓ ਸੰਦੀਪ ਮਹਿਮਨ ਵਾਲੀਆ ਸੰਦੀਪ ਸੁਰਖਪੁਰੀਆ ਕਬੱਡੀ ਪਾਉਂਦਾ ਹੋਇਆ ਢੇਰੀਆਂ ਦੇ ਕਲੀ ਪਾ ਜੋ ਬਾਈ ਜੀ ਜਿਹੜੇ ਵੀਰ ਦੀ ਡਿਊਟੀ ਆ। ਉਧਰ ਰਵੀ ਦੇ ਲਈ 200 ਰੁਪਇਆ ਸਾਈ ਜੀ ਪੁੱਜਦਾ ਕਰਦੇ ਆ, ਬਹੁਤ ਬਹੁਤ ਧੰਨਵਾਦ ਹੈ। ਇੱਧਰ ਸੰਦੀਪ ਕਬੱਡੀ ਪਾਉਂਦਾ ਹੋਇਆ ਤੇ ਡੈਡੀ ਦਰਬੇ ਵਾਲਾ ਮੇਰੇ ਵੀਰੇ ਫੈਸਲਾ ਕਰ ਰਿਹਾ ਵੀ ਪੁਆਇੰਟ ਰੇਡਰ ਦੇ ਹਿੱਸੇ ਚੱਲ ਵੀ ਰਵੀ ਤਾਂ ਨੌਜਵਾਨਾਂ ਕਬੱਡੀ ਚੱਲਦਾ ਹੋਇਆ ਮੁਕਾਬਲਾ ਸਮਾਪਤ ਹੋ ਚੁੱਕਿਆ ਹੈ। ਲਓ ਦੋਸਤੋ ਇਸ ਮੈਚ ਦੇ ਵਿੱਚੋਂ ਕਾਲੇ ਸੰਘਿਆਂ ਦੀ ਟੀਮ ਜਿੱਤ ਗਈ ਹੈ। ਕਾਲੇ ਸੰਘਿਆਂ ਦੇ 14 ਪੁਆਇੰਟ ਰਹੇ ਨੇ ਔਰ ਆਲੋ ਅਲਟੇਰੀਆਂ ਦੇ 8.5 ਪੁਆਇੰਟ ਰਹੇ ਨੇ।
ਤੁਹਾਨੂੰ ਇਹ ਮੈਚ ਕਿਹੋ ਜਿਹਾ ਲੱਗਿਆ ਔਰ ਕਿਹੜੇ ਕਿਹੜੇ ਉਹ ਪਸੰਦੀਦਾ ਖਿਡਾਰੀ ਸੀ ਜਿਹੜੇ ਇਸ ਮੈਚ ਦੇ ਵਿੱਚ ਖੇਡ ਰਹੇ ਸੀ, ਜ਼ਰੂਰ ਦੱਸਿਓ। ਨਾਲ ਹੀ ਰਿਕੁਐਸਟ ਇਹ ਵੀ ਹੈ ਕਿ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ ਕਿ ਕੀ ਪੁਰਾਣੇ ਜਿਹੜੇ ਮੈਚ ਹੈਗੇ ਆ ਤੁਹਾਨੂੰ ਪਸੰਦ ਆਉਂਦੇ ਆ ਜਾਂ ਨਹੀਂ। ਬਹੁਤ ਬਹੁਤ ਸ਼ੁਕਰੀਆ।